ਨਹੀਂ ਸ਼ੇਰ ਵਾਲਾ ਮੁੰਡਾ ਖੇਡਦਾ ਰੈੱਡ ਟੀ ਸ਼ਰਟ ਚ ਦੂਜੇ ਪਾਸੇ ਟੀਮ ਹੈ ਪਿੰਡ ਦੀ ਨਾਲ ਰਣਜੀਤ ਜਨੇਤਪੁਰਾ ਤੇ ਨਰੈਣ ਮਾਨ ਸਿਰੀ ਵਾਲਾ ਖਿੱਚ ਦੋ ਕੰਮ ਨੂੰ ਅਗਲਾ ਮੈਂ ਸੱਤੇ ਤੇ ਸਣੀ ਦਾ ਬਈ ਰਿੰਕੂ ਤੇ ਕੋਚ ਨਾਲ ਦਸੌਂਦੀਆ ਤੇ ਗੋਬਿੰਦਗੜ੍ਹ ਅਗਲਾ ਮੈਚ ਗੋਬਿੰਦਗੜ੍ਹ ਦੇ ਸੱਤੇ ਸੱਤਾ ਤੇ ਸਣੀ ਬਹੁਤ ਤਕੜਾ ਲੱਗਣਾ ਮੈਚ ਆਹ ਮੈਚ ਵੀ ਪੂਰਾ ਪਟਾਕੇ ਵਾਲੀ ਆ ਬਾਈ ਇਹਨੂੰ ਵੀ ਕਰੋ ਸ਼ੇਅਰ ਕਰਾ ਖਿੱਚ ਕੇ ਜੇ ਹਾਂਜੀ ਹਾਂਜੀ ਨੀਰਜ ਬਾਬਾ ਹੁਣ ਪੁੱਛੋ ਵੀਰੇ ਸ਼ਾਸਤਰੀ ਨਹੀਂ ਆਇਆ ਵੀਰੇ ਸੰਭਲਾ ਨਹੀਂ ਆਈ ਵੀਰੇ ਸ਼ੇਰੂ ਵਰਗੇ ਦਵਾਨ ਖੇੜੇ ਜਾਣਗੇ ਵੀਰੇ ਸ਼ੇਰੂ ਦੇ ਸੱਜਣ ਜੇ ਆਏ ਨਹੀਂ ਨਰੋਲ ਖੇਡਦੀ ਅਜੇ ਤੱਕ ਦਵਾਨ ਖੇੜਾ ਦੂਜੇ ਰਾਊਂਡ ਦਾ ਮੈਚ ਚੱਲੀ ਜਾਂਦਾ ਦਵਾਨ ਖੇੜੇ ਦਾ ਉੱਧਰ ਲੀਡ 'ਚ ਸ਼ੇਰੂ ਅਜੇ ਪਹੁੰਚਿਆ ਨਹੀਂ ਵੀਰੇ ਦਵਾਨ ਖੇੜਾ ਜੇ ਨਰੋਲ ਖੇਡੀ ਜਾਂਦੀ ਹੈ ਆਊਗਾ ਵੈਸੇ ਸ਼ੇਰੂ ਤੇ ਸੱਚ ਨੇ ਦਵਾਨ ਖੇੜੇ 'ਚ ਇਹ ਮੈਚ ਆ ਬੱਲੂਆਣਾ ਸਰਬੀ ਤੇ ਰਣਜੀਤ ਜਨੇਤਪੁਰਾ ਤੇ ਨਰੈਣ ਮਾਨ ਸਿਰੀ ਵਾਲਾ ਖੇਡਦੇ ਉੱਧਰ ਗੁਰੂਸਰ ਦੀ ਡੀ 'ਚ ਅਗਲਾ ਮੈਚ ਸੱਤੇ ਤੇ ਸਣੀ ਦਾ ਗੋਬਿੰਦਗੜ੍ਹ 'ਚ ਖੇਡਦੇ ਹੈ ਦਸੌਂਦੀ ਵਾਲੇ ਪ੍ਰਦੀਪ ਨਾਲ ਦਸੌਂਦੀ ਅੱਜ ਕੋਚ ਤੇ ਰਿੰਕੂ ਬਹੁਤ ਤਕੜਾ ਮੈਚ ਲੱਗਣਾ ਅਗਲਾ ਬਈ ਉਹ ਲੈਟ ਪੈਂਦੀ ਆ ਜ਼ਰੂਰ ਨੈਟਵਰਕ ਇੱਥੇ ਸਹੀ ਹੈ ਐਂ ਭੱਸ ਗਿਆ ਖਾੜਾ ਪੂਰਾ ਹੀ ਰਣਜੀਤ ਵੀ ਫਿੱਟ ਹੋ ਗਿਆ ਜਨੇਤਪੁਰੇ ਵਾਲਾ ਤਕੜੀਆਂ ਬਾਲਾਂ ਮਾਰੀ ਜਾਂਦਾ ਯਾਰ ਰਵੀ ਨਹੀਂ ਆਇਆ ਵੀਰੇ ਸੱਤੇ ਤੇ ਸਣੀ ਦੀ ਡਾਂ ਖੜਕੂ ਕੋਚ ਤੇ ਰਿੰਕੂ ਨਾਲ ਅਗਲਾ ਮੈਚ ਹਰਿਆਣੇ ਤੋਂ ਟੀਮ ਨਹੀਂ ਆਈ ਵੀਰੇ ਪਲੇਅਰ ਆਇਆ ਜ਼ਰੂਰ ਟੀਮ ਨਹੀਂ ਆਈ ਕੋਈ ਹਰਿਆਣੇ ਤੋਂ ਜੱਸਾ ਨਹੀਂ ਆਇਆ ਵੀਰੇ ਜੱਸਾ ਨਹੀਂ ਆਇਆ ਵੀਰੇ ਚੈਣੇ ਵਾਲਾ ਵੀ ਨਹੀਂ ਆਈ ਵੀਰੇ ਜੌਂਟੀ ਜਿੱਤ ਗਿਆ ਦੋ ਰਾਊਂਡ ਜਿੱਤ ਗਿਆ ਮਨੂ ਸਿੰਧ ਵੀਰੇ ਦੋ ਰਾਊਂਡ ਜਿੱਤ ਗਿਆ ਜੌਂਟੀ ਬਈਏਵਾਲ ਸਕੋਰ ਕਿੰਨੇ ਹੋਏ ਬਈ ਹਰਿਆਣੇ ਦੇ ਪਲੇਅਰ ਰਿੰਕੂ ਮੱਲੇ ਵਾਲਾ ਕੋਚ ਜੋਧਪੁਰੀ ਆ ਵੀਰੇ ਦੋ ਪਲੇਅਰ ਆਇਆ ਹਰਿਆਣੇ ਤੋਂ ਅਗਲਾ ਮੈਚ ਆ ਸੱਤੇ ਤੇ ਸਣੀ ਨਾਲ ਉਹਨਾਂ ਦਾ ਕੋਚ ਤੇ ਰਿੰਕੂ ਦਾ ਸੱਤੇ ਤੇ ਸਣੀ ਦੀ ਨਾ ਟੱਕਰ ਹੋਣੀ ਆ ਬਈ ਅਗਲਾ ਮੈਚ ਉਹਨੂੰ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਮੈਚ ਆ ਵੀ ਪਟਾਕੇ ਵਾਲਾ ਹੀ ਹੈ ਵਧੀਆ ਵਧੀਆ ਬਲਵਿੰਦਰ ਸੰਧੂ ਵਧੀਆ ਬਲਵਿੰਦਰ ਬਈ
ਸ਼ੇਰੂ ਆਇਆ ਵੀਰੇ, ਆਇਆ ਸ਼ੇਰੂ, ਅਜੇ ਲੇਟ ਆਊਗਾ ਸ਼ੇਰੂ, ਪਰ ਦੀਵਾਨ ਖੇਡੇ 'ਚ ਖੇਡੂ ਸ਼ੇਰੂ ਅਤੇ ਸਚਿਨ। ਰਵੀ ਨਹੀਂ ਆਇਆ ਵੀਰੇ, ਸ਼ਾਸਤਰੀ ਵੀ ਨਹੀਂ ਆਇਆ। ਸਕੋਰ ਕਿੰਨੇ ਹੋ ਗਏ ਬਾਈ? ਤਿੰਨ। ਉੱਧਰ 3-1 ਸਕੋਰ ਆ, 3-1 ਵੀਰੇ। 3 ਬੱਲੂਆਣਾ, 1 ਰਣਜੀਤ ਜਨੇਤਪੁਰੇ ਦੇ, ਨਰਾਇਣ ਸਿਰੀ ਵਾਲੇ ਦੇ, ਗੁਰੂ ਸਰ ਦੇ। 3-1 ਯੂਪੀ। ਸ਼ਾਸਤਰੀ ਨਹੀਂ ਆਇਆ ਵੀਰੇ, ਸ਼ਾਸਤਰੀ ਨਹੀਂ ਆਇਆ ਜੀ। ਸੁੱਖੂ ਵੀ ਗੁਰੂ ਸਰੀ ਚ ਖੇਡਦਾ ਵੀਰੇ, ਗੁਰੂ ਸਰ ਦੀਆਂ 2-3 ਟੀਮਾਂ। ਜੱਸਾ ਨਹੀਂ ਆਇਆ ਵੀਰੇ, ਜੱਸਾ ਨਹੀਂ ਆਇਆ। ਹਾਂਜੀ ਹਾਂਜੀ, ਗਰਾਊਂਡ ਹੀ ਇੱਦਾਂ ਬਣੇ ਹੋਏ ਆ। ਗੁਰਪ੍ਰੀਤ ਸਿੱਧੂ ਬੱਸੀਆਂ ਵੀਰੇ, ਭਰਾ ਆਪਣਾ ਬੱਸੀ ਵਾਲਾ ਵੀ ਜੁੜ ਚੁੱਕਿਆ ਹੈ, ਗੁਰਪ੍ਰੀਤ ਸਿੱਧੂ। ਵੈਲਕਮ ਬਾਈ। ਸੋ ਮੈਚ ਨਹੀਂ ਹੈਗਾ ਵੀਰੇ, ਸੋ ਮੈਚ ਨਹੀਂ ਹੈਗਾ। ਗੋਬਿੰਦਗੜ੍ਹ ਦਾ ਮੈਚ ਦਸਾਉਂਦੀਆਂ ਨਾਲ ਵੀਰੇ, ਦਸਾਉਂਦੀ ਅੱਜ ਕੋਚ ਤੇ ਰੇਖੂ ਆ। ਦੀਵਾਨ ਖੇਡਾ ਆਈ ਆ ਵੀਰੇ, ਆਈ ਆ ਬਿਲਕੁਲ ਜੀ। ਉਹ ਦੱਸ ਦਿਆਂ ਕਿਹੜੇ ਗਰਾਊਂਡ 'ਚ ਉਭਰੇ, ਵੇਟ ਕਰੋ ਥੋੜ੍ਹਾ ਜਿਹਾ, ਦਿਖਾਵਾਂਗੇ ਜਿਹ 'ਚ ਮਰਜ਼ੀ ਹੋਵੇ ਭਾਈ, ਦਿਖਾ ਦਿਆਂ ਕੋਈ ਚੱਕਰ। ਅਲਕੜੇ ਦਾ ਮੈਂ ਰਹਿੰਦਾ ਵੀਰੇ ਜੀ, ਚਿਕਨ।
ਜੱਗੇ ਰਾਏ ਕਲੱਬ ਜਲਾਲ ਤੇ ਸਾਥ ਨੂੰ ਜਲਾਲ ਸਾਹਿਬ ਆ ਮੈਚ ਤੋਂ ਬਾਅਦ ਇੱਕ ਨੰਬਰ ਗਰਾਊਂਡ ਦੇ ਟੀਮ ਆ ਜਾਣੀ ਮੈਚ ਦੇ ਲੈਣੇ ਸਾਥ ਨੂੰ ਜਲਾਲ ਸਾਹਿਬ ਤੇ ਰਾਏ ਕਲੱਬ ਜਲਾਲ ਦਿੱਲੀ ਦੇ ਠੰਡੇ ਠੰਡੇ ਟੀਮ ਆ ਜਾਣੀ ਮੈਚ ਗਰਾਊਂਡ ਦੇ ਬਹੁਤ ਜ਼ਿਆਦਾ ਇਹ ਮੇਰੇ ਨੇ ਕੰਮ ਕਰਾ ਦਵਾ ਲਿਆ ਨਾਲ ਬੱਚਾ ਫਿਰ ਲਾਈਵ ਹੀ ਨੈਟਵਰਕ ਇੱਥੇ ਆ ਨੈਟਵਰਕ ਹੀ ਨਹੀਂ ਪ੍ਰੋਪਰ ਹੋ ਗਿਆ ਹਾਂ ਉਹ ਸਾਹਮਣੀ ਪੈਂਦੀ ਆ ਗੱਲੀ ਰੈਡ ਅਗਲਾ ਮੈਚ ਆ ਵੀਰੇ ਗੋਬਿੰਦਗੜ੍ਹ ਤੇ ਦਸੌਂਦੀ ਆ ਸੱਤੇ ਤੇ ਸਣੀ ਦਾ ਅਗਲਾ ਮੈਚ ਕੋਚ ਤੇ ਰਿੰਕੂ ਨਾ ਵੀਰੇ ਪੈਣਗੇ ਪਟਾਕੇ ਅਗਲੇ ਮੈਚ ਕੋਚ ਤੇ ਰਿੰਕੂ ਸੱਤਾ ਤੇ ਸਣੀ ਹੋਣਗੇ ਆਮੋ ਸਾਹਮਣੇ ਬਾਈ ਸ਼ੇਅਰ ਕਰ ਦਿਓ ਬੜਾ ਤਕੜਾ ਮੈਚ ਲੱਗਣਾ ਬਾਈ ਇਹ ਮੈਚ ਦੀਆਂ ਸਾਈਡਾਂ ਚੇਂਜ ਆ ਅਗਲਾ ਮੈਚ ਗੋਬਿੰਦਗੜ੍ਹ ਤੇ ਦਸੌਂਦੀ ਆ ਗੋਬਿੰਦਗੜ੍ਹ ਤੇ ਸੱਤਾ ਤੇ ਸਣੀ ਦਸੌਂਦੀ ਆ ਚ ਕੋਚ ਤੇ ਰਿੰਕੂ ਪਟਾਕੇ ਪੈਣਗੇ ਅਗਲੇ ਮੈਚ ਸ਼ੇਅਰ ਕਰਿਓ ਉਹਨਾਂ ਟਾਈਮ ਬਾਈ ਇੱਥੇ ਹੀ ਆਉਣਾ ਮੈਚ ਆਪਣੇ ਵਾਲੇ ਗਰਾਊਂਡ ਦੀ ਬਾਈ ਸ਼ੇਅਰ ਕਰ ਦਿਓ ਖਿੱਚ ਕੇ ਜੇ ਵੀਰੇ ਹਾਂਜੀ ਹਾਂਜੀ ਦਿਲਪ੍ਰੀਤ ਆ ਗਏ ਤੁਹਾਡੇ ਪੈਸੇ ਆ ਗਏ ਵੀਰੇ ਧੰਨਵਾਦ ਬਹੁਤ ਬਹੁਤ ਆਲ ਉੱਪਰ ਵਾਲੇ ਆ ਗਏ ਤੁਹਾਡੇ 5500 ਬਈ ਬੂਟੇ ਉਹ ਬੂਟੇ ਦਿਲਪ੍ਰੀਤ ਦੇਖੀ ਜਾਂਦਾ ਬਾਈ ਦਿਲਪ੍ਰੀਤ ਗੋਬਿੰਦਗੜ੍ਹ ਤੇ ਸੱਤਾ ਤੇ ਸਣੀ ਜਿਹੜੇ ਭਰਾ ਨਵੇਂ ਜੁੜਿਆ ਦੱਸਦੀ ਹੈ ਵੀਰੇ ਦਸਾਉਂਦੀ ਅੱਜ ਰਿੰਕੂ ਤੇ ਕੋਚ ਸ਼ੇਅਰ ਕਰੀ ਚਲੋ ਮੈਚ ਨੂੰ ਬਈ ਕਮੈਂਟਰੀ ਤੇ ਬੂਟਾ ਲੈਣੇ ਵਾਲ ਵੀਰੇ ਖਿੱਚੀ ਚਲੋ ਸ਼ੇਅਰ ਵਾਲਾ ਕੰਮ ਬਈ ਬੜਾ ਤਕੜਾ ਮੈਚ ਲੱਗਣਾ ਅਮਰੀਕ ਦੇ ਕੋਈ ਫਲੈਕਸੀ ਜੀ ਹੈਗੀ ਉਹ ਜਾਲ ਨਾ ਬੰਨੀ ਜਾਵੇ ਬੜੀ ਵਧੀਆ ਗੱਲ ਜਮਾਂ ਹੀ ਮੈਨੂੰ ਫੜ ਜੂਗਾ ਉਹ ਜਾਲ ਨੀ ਜਿਹੜਾ ਤੇਰੇ ਵਾਲਾ ਜਾਲ ਆ ਉੱਥੇ ਕੋਈ ਫਲੈਕਸੀ ਬੰਨੀ ਜਾਵੇ ਮੈਨੂੰ ਹੀ ਹਟ ਜੂ ਜੇ ਹੈਗਾ ਟੋਟਾ ਕੋਈ ਘੋੜੀ ਲਾ ਕੇ ਕਹਿੰਦੇ ਲਾ ਦੇ ਬੜੀ ਵਧੀਆ ਗੱਲ ਹੈ ਉਪਰਾਲਾ ਹੀ ਹੁੰਦਾ ਇਹ ਮਾੜਾ ਜਿਹਾ ਲੈਟ ਮੈਨੂੰ ਫੜ ਲਾਈਵ 'ਚ ਦਿੱਕਤ ਆਉਂਦੀ ਆ ਉਹ ਕਰਦੇ ਮਾੜਾ ਜਿਹਾ ਉਪਰਾਲਾ ਬੜਾ ਹੀ ਵਧੀਆ ਗੱਲ ਹੋ ਜੂ ਫਿਰ ਤਾਂ ਸਭ ਦੋ ਰਾਊਂਡ ਜਿੱਤ ਗਿਆ ਵਿਹਲੇ ਵੀਰੇ ਦੋ ਰਾਊਂਡ ਜਿੱਤ ਗਿਆ ਬਲਕਰਨ ਗਿੱਲ ਓਕੇ ਓਕੇ ਜੀ ਸਰਬੀ ਲਈ 500 ਆ ਗਿਆ ਭਰਾ ਕਹਿੰਦਾ ਫੇਰ ਆ ਗਈ ਨੈਟਵਰਕ ਦੀ ਪ੍ਰੋਬਲਮ ਹੋਰ ਬਾਈ ਦਿਲਪ੍ਰੀਤ ਯਾਰ ਸਹੀ ਚੱਲ ਪਿਆ ਸੀ ਫੇਰ ਦਿੱਕਤ ਆਉਣ ਲੱਗ ਗਈ ਸਹੀ ਹੋ ਗਿਆ ਸੀ ਫੇਰ ਆ ਗਈ ਪ੍ਰੋਬਲਮ ਬਾਈ ਯਾਰ ਕੀ ਕਰੀਏ ਨੈਟਵਰਕ ਦਾ ਕਰਦੇ ਆ ਕੱਟ ਕੇ ਕਰ ਦੂੰ ਮੈਚ ਤੋਂ ਪਹਿਲਾਂ ਦਿਲਪ੍ਰੀਤ ਕਰੂੰਗਾ ਸੈਟਿੰਗ ਦਾ ਬਾਈ ਮੈਂ ਕਰਦੇ ਆ ਸੈਟਿੰਗ ਕਰਦੇ ਆ ਲਾਈਵ ਦੀ ਵੀਰੇ ਵੇਟ ਕੱਟ ਕੇ ਕਰ ਦਾਂਗਾ ਮੈਚ ਤੋਂ ਬਾਅਦ ਅਗਲਾ ਮੈਚ ਸੱਤੇ ਦਾ ਹੀ ਆ ਵੀਰੇ ਸੱਤੇ ਦਾ ਅਗਲਾ ਮੈਚ ਸਮਝਣਾ ਦੇ ਪਾਣਾ ਨਾਲ ਮਾਹੌਲ ਹੈ ਨਾ ਉਹ ਆ ਰਿਹਾ ਹੈ
ਕਰਦਿਆਂ ਕਰਦਿਆਂ ਕਲੀਅਰ ਕਰਦੇ ਆ ਲਾਈਵ ਕੱਟ ਕੇ ਕਰਨਾ ਪੈਣਾ ਨੈਟਵਰਕ ਹੀ ਘੱਟ ਆ ਸਾਹਮਣੇ ਵੀਰੇ ਕੱਟ ਕੇ ਕਰਦੇ ਨੇ ਚੱਲ ਪੈਣਾ ਫਿਰ ਸਹੀ ਇਹ ਜੋ ਬੱਲੂਆਣੇ ਦੀ ਲੀਡ ਆ ਬੱਲੂਆਣੇ ਦੀ ਬਾਈ ਪਾਸਵਰਡ ਲਾਇਆ ਵਾ ਕੋਈ ਹਾਂਜੀ ਹਾਂਜੀ ਰਣਜੀਤ ਖੇਡਦਾ ਵਿਹਲੇ ਵੀਰੇ ਹੁਣ ਤਾਂ ਉਹਦੇ ਵੀ ਵੱਧ ਗਿਆ ਹੁਣ ਤਾਂ ਸੈੱਟ ਹੋ ਗਿਆ ਲਾਈਵ ਵੀਰੇ ਹੁਣ ਤਾਂ ਸੈੱਟ ਆ ਜੇ ਲੋੜ ਪਈ ਤਾਂ ਕਰਾਂਗੇ ਚੱਕਰ ਚਲਾਵਾਂਗੇ ਲਾਈਵ ਜਿਵੇਂ ਮਰਜ਼ੀ ਚਲਾਈਏ ਮੈਚ ਬੜਾ ਤਗੜਾ ਲੱਗਣਾ ਸੱਤੇ ਤੇ ਸਣੀ ਦਾ ਅਗਲਾ ਮੈਚ ਕੋਈ ਲਾਸਟ ਪੁਆਇੰਟ ਆ ਗਿਆ ਵੀਰੇ ਉੱਧਰ ਬੱਲੂਆਣੇ ਦਾ ਲਾਸਟ ਪੁਆਇੰਟ ਹੁਣ ਤਾਂ ਲਾਈਵ ਸੈੱਟ ਆ ਜਮਾਂ ਬਈ ਸ਼ੇਅਰ ਕਰ ਦਿਓ ਸੱਤੇ ਤੇ ਸਣੀ ਦੀ ਟੱਕਰ ਹੋਣੀ ਹੈ ਉਧਰ ਨਾ ਹੋਵੇ ਦੂਜੇ ਪਾਸੇ ਓਕੇ ਓਕੇ ਬਿੱਲੇ ਕਹਿ ਦਿੰਦੇ ਆ ਵੀਰੇ ਓਕੇ ਓਕੇ ਪ੍ਰੀ ਜਾਵਤੇ ਵਾਲੀ ਆ ਵੀਰੇ ਸ਼ੇਅਰ ਕਰ ਦਿਓ ਮੈਚ ਨੂੰ ਬਾਹਲਾ ਤਕੜਾ ਮੈਚ ਲੱਗਣਾ ਅਗਲਾ ਤਾਂ ਸੱਤੇ ਤੇ ਸਣੀ ਦੀ ਟੱਕਰ ਆਉਣੀ ਹੈ ਕੋਚ ਤੇ ਰਿੰਕੂ ਨਾਲ ਹਰਜੀਤ ਦਸਾਉਂਦੀ ਆ ਵੀ ਖੇਡੂ ਅੱਜ ਪ੍ਰਦੀਪ ਵਰਗੇ ਹਰਜੀਤ ਵੀ ਫਿੱਟ ਆ ਪੂਰਾ ਹੀ ਹੁਣ ਕਮਲ ਵੀ ਦਸਾਉਂਦੀ ਵਾਲਾ ਹੁਣ ਦੋ ਚ ਹੋ ਗਏ ਜਾ ਯਾਰ ਉੱਥੇ ਉਹ ਪਿੰਦੇ ਇਹ ਚਲਾ ਲਓ ਜੇ ਨੈਟਵਰਕ ਨੈਟਵਰਕ ਨਹੀਂ ਹੈਗਾ ਉਹ ਚ ਆਹੋ ਇਹ ਚਲਾ ਲਿਓ ਬੂਟੇ ਨੂੰ
ਨੈਟਵਰਕ ਵੀ ਹੈ ਨੀ ਦੋ ਤੇ ਦਾ ਜਮਾਈ ਉਹ ਬਾਲ ਹੋਏ ਰਣਜੀਤ ਯਾਰ ਸਿਰਾ ਬਈ ਬਹੁਤ ਅਗੜੀ ਬਾਲ ਸ਼ੇਰੂ ਨੀ ਆਇਆ ਵੀਰੇ ਦਸੌਂਦੀਆਂ ਤੇ ਗੋਬਿੰਦਗੜ੍ਹ ਦੇ ਪੈਣਗੇ ਪਟਾਕੇ ਕਰਦੇ ਹੋ ਸ਼ੇਰ ਵੀਰੇ ਗੋਬਿੰਦਗੜ੍ਹ ਚ ਸੱਤਾ ਤੇ ਸਣੀ ਦਸੌਂਦੀਆਂ ਚ ਰਿੰਕੂ ਤੇ ਕੋਚ